ਪਟਿਆਲਾ ਜ਼ਿਲ੍ਹੇ ਵਿੱਚ 547 ਨਾਗਰਿਕਾਂ ਨੇ ਕਰਵਾਇਆ ਕੋਵਿਡ ਟਿਕਾ ਕਰ। 24 ਕੋਵਿਡ ਪੋਜ਼ਿਟਿਵ ਕੇਸ ਹੋਏ ਰਿਪੋਰਟ। ਸਿਵਲ ਸਰਜਨ ਡਾਕਟਰ ਅਜੂ ਤੀਰ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿੱਚ ਪ੍ਰਾਪਤ 271 ਕੋਵਿਡ ਰਿਪੋਰਟਾਂ ਵਿੱਚੋਂ 24 ਪੋਜ਼ਿਟਿਵ ਕੇਸ ਆਏ ਨੇ ਜਿਨ੍ਹਾਂ ਵਿੱਚੋਂ 17 ਪਟਿਆਲਾ ਸ਼ਹਿਰ, 2 ਨਾਬਾ ਅਤੇ 1 ਕੇਸ ਬਲਾਕ ਪਾਸ ਸੋਛੁਤਰਾਣਾ ਕੋਲੀ ਕਾਲੋ ਮੈਂ ਅਤੇ ਦੁੱਧਨ ਸਾਧਨ ਨਾਲ ਸੰਬੰਧ ਹਨ। ਡਾਕਟਰ ਰਾਜੂ ਤੇ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਕੋਵਿਡ ਕੇਸਾਂ ਵਿੱਚ ਵਾਧਾ ਦੇਖਣ ਨੂੰ ਮਿਲਿਆ ਇਸ ਲਈ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਕੋਵਿਡ ਤੋਂ بچਾਉਣ ਲਈ ਸਾਵਧਾਨੀਆਂ ਅਪਣਾਉਣੀ ਜ਼ਰੂਰੀ ਹਨ ਅਤੇ ਜਿਨ੍ਹਾਂ ਨਾਗਰਿਕਾਂ ਨੇ ਅਜੇ ਤੱਕ ਸੰਪੂਰਨ ਕੋਵਿਡ ਟੀਕਾਕਰਨ ਨਹੀਂ ਕਰਵਾਇਆ ਉਹ ਟੀਕਾਕਰਨ ਯਕੀਨੀ ਬਣਾਉਣ ਇਹ ਟੀਕੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਬਿਲਕੁਲ ਮੁਫਤ ਲਗਾਏ ਜਾ ਰਹੇ ਹਨ